ਫਿਲੌਰ ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ। ਫਿਲੌਰ ਦੇ ਵਿੱਚ ਵਾਰਦਾਤ ਵਾਪਰੀ ਜਿੱਥੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਰਾਤ ਦੇ ਹਨੇਰੇ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਉੱਥੋਂ ਦੀ ਫਰਾਰ ਹੋ ਗਏ। ਪਿੰਡ ਪੋਲੀਵਾਲ ਨੇੜੇ ਹੇਅਰ ਸੈਲੂਨ 'ਚ ਇਹ ਮ੍ਰਿਤਕ ਕੰਮ ਕਰਦਾ ਸੀ, ਜਿਸਦਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਮ੍ਰਿਤਕ ਦੀ ਪਛਾਣ 24 ਸਾਲਾ ਰਾਮਪਾਲ ਵਜੋਂ ਹੋਈ ਹੈ। ਫਿਲੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ। ਰਾਤ ਦੇ ਹਨੇਰੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫਰਾਰ ਹੋਏ ਨੇ। ਪ੍ਰਮੋਦ ਕੌਸ਼ਲ ਤੋਂ ਜਾਣਕਾਰੀ ਹੋ ਲੈਂਦੇ ਹਾਂ। ਪ੍ਰਮੋਦ, ਕੀ ਕੁਛ ਜਾਣਕਾਰੀ ਹੈ? ਹੁਣ ਤੱਕ ਦੀ ਜਾਂਚ ਵਿੱਚ ਕੁਛ ਨਿਕਲ ਕੇ ਆਇਆ? ਕੌਣ ਉਹ ਲੋਕ ਸਨ ਜਿਨ੍ਹਾਂ ਨੇ ਇਸ ਦੀ ਜਾਨ ਲਈ ਹੈ? ਹਾਂਜੀ, ਇਹ ਰਾਤ ਤਕਰੀਬਨ 7:30 ਵਜੇ ਦੀ ਇਹ ਘਟਨਾ ਆ। ਇੱਕ ਸੈਲੂਨ ਤੇ ਕੰਮ ਕਰਦਾ ਇਹ ਮੁੰਡਾ, 24 ਸਾਲ ਦਾ ਇਹ ਲੜਕਾ ਆ, ਔਰ ਸੈਲੂਨ ਤੋਂ ਇਹਨੂੰ ਜਾਂ ਤਾਂ ਫੋਨ ਕਰ ਰਿਹਾ ਸੀ ਜਾਂ ਇਹਨੂੰ ਕਿਸੇ ਦਾ ਫੋਨ ਆਇਆ। ਤੇ ਜਦੋਂ ਇਹ ਬਾਹਰ ਗਿਆ ਤੇ ਉਸ ਟਾਈਮ ਇਸਦਾ ਜਦੋਂ ਨਹੀਂ ਅੰਦਰ ਆਇਆ ਤੇ ਜਦੋਂ ਬਾਹਰ ਜਾ ਕੇ ਦੇਖਿਆ ਗਿਆ, ਉਦੋਂ ਪਤਾ ਲੱਗਿਆ ਕਿ ਇਸਦਾ ਜੋ ਹੈ ਮਰਡਰ ਹੋ ਗਿਆ ਜੀ। ਸੋ ਹੁਣ ਤੱਕ ਦੀ ਪੁਲਿਸ ਦੀ ਜਾਂਚ ਵਿੱਚ ਕੀ ਕੁਝ ਨਿਕਲ ਕੇ ਆਇਆ? ਕਿਸ ਤਰ੍ਹਾਂ ਦੀ ਕੋਈ ਦੁਸ਼ਮਣੀ ਸੀ ਇਸ ਦੇ ਨਾਲ? ਐਕਚੁਅਲੀ ਇਹ ਜਿਹੜਾ ਲੜਕਾ ਆ, ਇਹਦੀ ਜਿਹੜੇ ਫਾਦਰ ਦੀ ਡੈਥ ਹੋ ਚੁੱਕੀ ਆ, ਔਰ ਇਹਦੇ ਜਿਹੜੇ ਮਦਰ ਨੇ ਉਹ ਵੀ ਨਹੀਂ ਠੀਕ ਹਾਲਤ ਦੇ ਵਿੱਚ, ਜਾਣੀ ਉਹ ਥੋੜ੍ਹਾ ਬਿਮਾਰ ਰਹਿੰਦੇ ਨੇ, ਔਰ ਇਸ ਕਰਕੇ ਜਿਹੜਾ ਲੜਕਾ ਆ ਉਹ ਆਪਣੇ ਜਿਹੜੇ ਜਿੱਥੇ ਸੈਲੂਨ ਤੇ ਕੰਮ ਕਰ ਰਿਹਾ ਉੱਥੇ ਹੀ ਰਹਿੰਦਾ ਸੀ। ਦੁਸ਼ਮਣੀ ਦੀ ਗੱਲ ਫਿਲਹਾਲ ਕੋਈ ਸਾਹਮਣੇ ਨਹੀਂ ਆਈ ਹੈ, ਪਰ ਪੁਲਿਸ ਜਿਹੜੀ ਹੈ ਉਹ ਲਗਾਤਾਰ ਇਸ ਮਾਮਲੇ 'ਤੇ ਜਾਂਚ ਜਿਹੜੀ ਆ ਉਹ ਕਰ ਰਹੀ ਹੈ। ਜੀ ਜੀ ਪ੍ਰਮੋਦ, ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ। ਸੋ ਫਿਲਹਾਲ 24 ਸਾਲਾ ਰਾਮਪਾਲ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ, ਜੋ ਕਿ ਇੱਕ ਸੈਲੂਨ ਦੇ ਵਿੱਚ ਕੰਮ ਕਰਦਾ ਸੀ। ਤਕਰੀਬਨ ਰਾਤ 7:30 ਵਜੇ ਇਸਦਾ ਗੋਲੀਆਂ ਮਾਰ ਕੇ ਅਣਪਛਾਤਿਆਂ ਵੱਲੋਂ ਕਤਲ ਕਰਤਾ ਗਿਆ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।